ਫਰਦਰ ਮੀਡੀਆ ਫਾਈਲ ਦੇ ਉੱਪਰ ਇੱਕ ਕਬੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਲੁਧਿਆਣੇ ਦੇ ਮਸ਼ਹੂਰ ਕਾਰੋਬਾਰੀ ਅਤੇ ਭਾਜਪਾ ਦੇ ਯੂ ਸਾਗੂ ਪ੍ਰਿੰਕਲ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ ਨੇ ਉਹਦੀ ਦੁਕਾਨ ਦੇ ਉੱਪਰ ਹੀ ਜਾ ਕੇ ਹਮਲਾ ਕੀਤਾ ਗਿਆ ਅਣਪਛਾਤੇ ਲੋਕਾਂ ਦੇ ਵੱਲੋਂ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਇਸ ਫਾਇਰਿੰਗ ਦੇ ਵਿੱਚ ਜਿੱਥੇ ਪ੍ਰਿੰਕਲ ਬਹੁਤ ਹੀ ਗੰਭੀਰ ਜ਼ਖਮੀ ਹੋਏ ਨੇ ਉੱਥੇ ਉਹਨਾਂ ਦਾ ਇੱਕ ਨਾਲ ਦੱਸਿਆ ਜਾ ਰਿਹਾ ਹੈ ਕਿ ਇੱਕ ਮਹਿਲਾ ਵੀ ਜ਼ਖਮੀ ਹੋਈ ਹੈ ਦੋਨਾਂ ਨੂੰ ਸੀਐਮਸੀ ਹਸਪੀਟਲ ਲੁਧਿਆਣਾ ਦੇ ਵਿੱਚ ਭਰਤੀ ਕਰਾਇਆ ਗਿਆ ਹਾਲਤ ਬੜੀ ਗੰਭੀਰ ਬਣੀ ਹੋਈ ਹੈ ਦੁਕਾਨ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਅੰਨੇਵਾ ਫਾਇਰਿੰਗ ਕੀਤੀ ਗਈ ਪ੍ਰਿੰਕਲ ਦੇ ਉੱਪਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਲੁਧਿਆਣੇ ਦੇ ਵਿੱਚ ਸ਼ੂਜ਼ ਦੁਕਾਨ ਦੇ ਮਾਲਕ ਨੇ ਸ਼ੂਜ਼ ਵਪਾਰੀ ਨੇ ਪ੍ਰਿੰਕਲ ਜਿਨ੍ਹਾਂ ਦੇ ਉੱਪਰ ਅੰਨੇਵਾ ਫਾਇਰਿੰਗ ਕੀਤੀ ਗਈ ਹੈ 7 8 ਜਿਹੜੀ ਲੋਕ ਆਏ ਸਾਨੂੰ ਉਹਨਾਂ ਦੇ ਵਿੱਚੋਂ ਪੰਜ ਫਰਾਰ ਹੋ ਚੁੱਕੇ ਨੇ ਕਾਫੀ ਜਿਹੜੀ ਤਫ਼ਤੀਸ਼ ਚੱਲ ਰਹੀ ਹੈ ਇਸ ਵੇਲੇ ਮਾਹੌਲ ਬੜਾ ਜਿਹੜਾ ਘਬਰਾਹਟ ਵਾਲਾ ਬਣਿਆ ਹੋਇਆ ਲੁਧਿਆਣੇ ਦੇ ਵਿੱਚ ਸ਼ੂਜ਼ ਕਾਰੋਬਾਰੀ ਪ੍ਰਿੰਕਲ ਭਾਜਪਾ ਦੇ ਯੂਥ ਆਗੂ ਵੀ ਰਹੇ ਨੇ ਯੂਥ ਆਗੂ ਵੀ ਨੇ ਸੇਵਾਵਾਂ ਦੇ ਰੇ ਸੀ ਭਾਜਪਾ ਦੇ ਲਈ ਇਸ ਵੇਲੇ ਗੋਲੀਆਂ ਅੰਨੇ ਵਾ ਗੋਲੀ ਜਿਹੜੀ ਮਾਰੀ ਗਈ ਹੈ ਇਸ ਦੇ ਵਿੱਚ ਕਾਫੀ ਗੰਭੀਰ ਹਾਲਤ ਬਣੀ ਹੋਈ ਹੈ ਸੀਐਮਸੀ ਹਸਪੀਟਲ ਦੇ ਵਿੱਚ ਪਾਰਤੀ ਨੇ ਫੋਟੋ ਮੀਡੀਆ ਫਾਈਲ ਦੇ ਉੱਪਰ ਤੁਹਾਨੂੰ ਇਹ ਬ੍ਰੇਕਿੰਗ ਨਿਊਜ਼ ਜਿਹੜੀ ਦੇ ਰਹੇ ਆ ਕਿ ਕੀ ਕਾਰਨ ਹੋ ਸਕਦਾ ਹੈ ਕੀ ਵਜ੍ਹਾ ਹੋ ਸਕਦੀ ਹੈ ਇਹ ਹਜੇ ਨਿਕਲ ਕੇ ਕੋਈ ਨਹੀਂ ਆਈ ਤਫਤੀਸ਼ ਜਾਰੀ ਹੈ ਆਉਣ ਵਾਲੇ ਦਿਨਾਂ ਚ ਵੇਖਣਯੋਗ ਹੋਵੇਗਾ ਕਿ ਪੰਜਾਬ ਪੁਲਿਸ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਇਹਨਾਂ ਹਮਲਾਵਾਰਾਂ ਨੂੰ ਲੱਭ ਪਾਉਂਦੀ ਹੈ ਜਾਂ ਫਿਰ ਇਹ ਇੰਜ ਹੀ ਚੱਲਦਾ ਰਹੇਗਾ ਪੰਜਾਬ ਦਾ ਮਾਹੌਲ ਤੁਸੀਂ ਵੇਖ ਸਕਦੇ ਹੋ ਉਸ ਵੇਲੇ ਅੰਨੇ ਬਾਅਦ ਜਿਹੜੀ ਫਾਇਰਿੰਗ ਕੀਤੀ ਗਈ ਹੈ ਪ੍ਰਿੰਕਲ ਦੇ ਉੱਪਰ